ਸਤਿ ਸ਼੍ਰੀ ਅਕਾਲ ਦੋਸਤੋ, ਹੈਲੋ ਰੂਬੀ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ ਰੂਬੀ ਕੀ ਹੈ, ਵਿਸ਼ੇਸ਼ਤਾਵਾਂ, ਰੂਬੀ ਜੈਮਸ ਅਤੇ ਰੂਬੀ ਤੇ ਸਹਾਇਤਾ, ਸੰਸਥਾਪਨ, ਰੂਬੀ ਕੋਡ ਰਨ ਕਰਨਾ, ਕਮੈਂਟ ਕਰਨਾ, ਪੁਟਸ ਅਤੇ ਪ੍ਰਿੰਟਸ ਵਿੱਚ ਫਰਕ। ਇੱਥੇ ਅਸੀਂ ਉਬੰਟੂ ਲਿਨਕਸ ਵਰਜ਼ਨ 12.04, ਰੂਬੀ 1.9.3 ਦੀ ਵਰਤੋਂ ਕਰ ਰਹੇ ਹਾਂ। ਟਿਊਟੋਰੀਅਲ ਨੂੰ ਜਾਣਨ ਲਈ ਇੰਟਰਨੈਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਤੁਹਾਨੂੰ ਲਿਨਕਸ ਵਿੱਚ ਟਰਮੀਨਲ ਅਤੇ ਟੈਕਸਟ ਐਡੀਟਰ ਦੀ ਵਰਤੋਂ ਕਰਨ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਹੁਣ ਮੈਂ ਸਮਝਾਉਂਦਾ ਹਾਂ ਕਿ ਰੂਬੀ ਕੀ ਹੈ। ਰੂਬੀ ਆਬਜੈਕਟ ਓਰੀਐਂਟਿਡ ਅਨੁਵਾਦਿਤ ਲਿਖਾਈ ਦੀ ਭਾਸ਼ਾ ਹੈ। ਇਹ ਇੱਕ ਸਰਗਰਮ ਓਪਨ ਸਰੋਤ ਪ੍ਰੋਗਰਾਮਿੰਗ ਭਾਸ਼ਾ ਹੈ। ਇਹ ਇੱਕ ਆਕਰਸ਼ਕ ਸ਼ੈਲੀ ਹੈ ਜਿਸ ਨੂੰ ਆਸਾਨੀ ਨਾਲ ਲਿਖਿਆ ਜਾਂ ਪੜ੍ਹਿਆ ਜਾ ਸਕਦਾ ਹੈ। ਹੁਣ ਰੂਬੀ ਦੀਆਂ ਕੁਝ ਵਿਸ਼ੇਸ਼ਤਾਵਾਂ ਵੇਖਦੇ ਹਾਂ। ਰੂਬੀ ਬਹੁਤ ਪੋਰਟੇਬਲ ਹੈ। ਰੂਬੀ ਪ੍ਰੋਗਰਾਮ ਕਿਸੇ ਵੀ ਓਪਰੇਟਿੰਗ ਸਿਸਟਮ ਵਿੱਚ ਰਨ ਹੋ ਸਕਦਾ ਹੈ। ਸਮਾਲ ਟਾਕ, ਬੇਸਿਕ ਜਾਂ ਪਾਇਥੋਨ ਦੀ ਤਰ੍ਹਾਂ ਰੂਬੀ ਵਿੱਚ ਵੇਰੀਏਬਲਸ ਦਾ ਡਾਟਾ ਟਾਈਪ ਨਹੀਂ ਹੁੰਦਾ ਹੈ। ਇਹ ਆਟੋਮੈਟਿਕ ਮੈਮਰੀ ਪ੍ਰਬੰਧਨ ਲਈ ਸਹਾਇਕ ਹੈ। ਰੂਬੀ ਇੱਕ ਮੁਫਤ ਪ੍ਰਾਰੂਪ ਜਾਂ ਫਾਰਮੈਟ ਭਾਸ਼ਾ ਹੈ। ਤੁਸੀਂ ਆਪਣਾ ਪ੍ਰੋਗਰਾਮ ਕਿਸੇ ਵੀ ਲਾਈਨ ਜਾਂ ਕਾਲਮ ਤੋਂ ਲਿਖ ਸਕਦੇ ਹੋ। ਰੂਬੀ ਇੰਟਰਨੈਟ ਅਤੇ ਇੰਟਰਾਨੈਟ ਐਪਲੀਕੇਸ਼ਨ ਦੇ ਵਿਕਾਸ ਵਿੱਚ ਵਰਤੋਂ ਹੁੰਦਾ ਹੈ। ਰੂਬੀ ਜੈਮਸ ਰੂਬੀ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਰੂਬੀ ਜੈਮਸ ਰੂਬੀ ਪ੍ਰੋਗਰਾਮਿੰਗ ਭਾਸ਼ਾ ਦੇ ਲਈ ਪੈਕੇਜ ਮੈਨੇਜਰ ਹੈ। ਇਹ ਰੂਬੀ ਪ੍ਰੋਗਰਾਮਸ ਅਤੇ ਲਾਇਬ੍ਰੇਰੀਆਂ ਦੇ ਵੰਡ ਵਿੱਚ ਪ੍ਰਮਾਣਿਤ ਫਾਰਮੈਟ ਪ੍ਰਦਾਨ ਕਰਦਾ ਹੈ। ਤੁਸੀਂ ਆਪਣੇ ਜੈਮਸ ਬਣਾ ਕੇ ਅਤੇ ਪ੍ਰਕਾਸ਼ਿਤ ਕਰ ਸਕਦੇ ਹੋ। ਰੂਬੀ ਜੈਮਸ ਦੀ ਜ਼ਿਆਦਾ ਜਾਣਕਾਰੀ ਦੇ ਲਈ ਦਿੱਤੇ ਹੋਏ ਲਿੰਕ ਤੇ ਜਾਓ। ਰੂਬੀ ਦੀ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਦਰਸਾਏ ਗਏ ਲਿੰਕ ਤੇ ਜਾ ਸਕਦੇ ਹੋ। ਤੁਸੀਂ ਉਬੰਟੂ ਸਾਫਟਵੇਅਰ ਸੈਂਟਰ ਦੀ ਵਰਤੋਂ ਕਰਕੇ ਰੂਬੀ ਨੂੰ ਸੰਸਥਾਪਿਤ ਕਰ ਸਕਦੇ ਹੋ। ਉਬੰਟੂ ਸਾਫਟਵੇਅਰ ਸੈਂਟਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ ਇਸ ਵੈਬਸਾਈਟ ਤੇ ਉਬੰਟੂ ਲਿਨਕਸ ਟਿਊਟੋਰੀਅਲਸ ਨੂੰ ਜਾਣੋ। ਰੂਬੀ ਸੰਸਥਾਪਿਤ ਕਰਨ ਦੇ ਦੂਜੇ ਤਰੀਕੇ ਇਸ ਸਲਾਈਡ ਵਿੱਚ ਦਰਸਾਏ ਗਏ ਹਨ। ਰੂਬੀ ਕੋਡ ਨੂੰ ਤਿੰਨ ਤਰ੍ਹਾਂ ਨਾਲ ਚਲਾ ਸਕਦੇ ਹਾਂ। ਕਮਾਂਡ ਲਾਈਨ, ਇੰਟਰੈਕਟਿਵ ਰੂਬੀ, ਫਾਈਲ ਦੀ ਤਰ੍ਹਾਂ। ਅਸੀਂ ਚਲਾਉਣ ਦੇ ਹਰ ਤਰੀਕੇ ਨੂੰ ਵੇਖਾਂਗੇ। ਸਭ ਤੋਂ ਪਹਿਲਾਂ ਵੇਖਦੇ ਹਾਂ ਕਮਾਂਡ ਲਾਈਨ ਨਾਲ ਹੈਲੋ ਵਰਡ ਕੋਡ ਨੂੰ ਕਿਵੇਂ ਚਲਾਉਂਦੇ ਹਨ। ਇੱਕੋ ਸਮੇਂ ਕੰਟਰੋਲ, ਆਲਟ ਅਤੇ ਟੀ ਕੀਜ਼ ਦਬਾ ਕੇ ਟਰਮੀਨਲ ਨੂੰ ਖੋਲੋ। ਤੁਹਾਡੀ ਸਕਰੀਨ ਤੇ ਟਰਮੀਨਲ ਵਿੰਡੋ ਦਿਖਾਈ ਦਿੰਦੀ ਹੈ। ਕਮਾਂਡ ਟਾਈਪ ਕਰੋ ਰੂਬੀ ਸਪੇਸ ਹਾਈਫਨ ਈ ਸਪੇਸ ਸਿੰਗਲ ਕੋਟਸ ਵਿੱਚ ਪੁਟਸ ਸਪੇਸ ਫਿਰ ਡਬਲ ਕੋਟਸ ਵਿੱਚ ਹੈਲੋ ਵਰਲਡ ਅਤੇ ਐਂਟਰ ਦਬਾਓ। ਸਾਨੂੰ ਹੈਲੋ ਵਰਲਡ ਆਉਟਪੁੱਟ ਮਿਲਦੀ ਹੈ। ਟਰਮੀਨਲ ਤੇ ਆਉਟਪੁੱਟ ਪ੍ਰਿੰਟ ਕਰਨ ਦੇ ਲਈ ਪੁਟਸ ਕਮਾਂਡ ਦੀ ਵਰਤੋਂ ਹੁੰਦੀ ਹੈ। ਹਾਈਫਨ ਈ ਫਲੈਗ ਕੇਵਲ ਸਿੰਗਲ ਲਾਈਨ ਕੋਡ ਨੂੰ ਚਲਾਉਂਦਾ ਹੈ। ਮਲਟੀਪਲ ਹਾਈਫਨ ਈ ਫਲੈਗਸ ਮਲਟੀਪਲ ਲਾਈਨ ਕਮਾਂਡਸ ਨੂੰ ਚਲਾਉਂਦਾ ਹੈ। ਇਸ ਦਾ ਅਭਿਆਸ ਕਰੋ। ਹੁਣ ਪਿਛਲੀ ਕਮਾਂਡ ਦੇ ਲਈ ਅਪ ਐਰੋ ਕੀ ਨੂੰ ਦਬਾਓ ਅਤੇ ਟਾਈਪ ਕਰੋ ਸਪੇਸ ਹਾਈਫਨ ਈ ਸਪੇਸ ਸਿੰਗਲ ਕੋਟਸ ਵਿੱਚ ਪੁਟਸ ਸਪੇਸ 1+2 ਅਤੇ ਐਂਟਰ ਦਬਾਓ। ਹੈਲੋ ਵਰਲਡ ਅਤੇ 3 ਆਉਟਪੁੱਟ ਆਉਂਦੀ ਹੈ। ਆਪਣੀ ਸਲਾਈਡਸ ਤੇ ਵਾਪਸ ਆਉਂਦੇ ਹਾਂ। ਹੁਣ ਅਸੀਂ ਇੰਟਰੈਕਟਿਵ ਰੂਬੀ ਦੇ ਬਾਰੇ ਵਿੱਚ ਸਿੱਖਾਂਗੇ। ਇੰਟਰੈਕਟਿਵ ਰੂਬੀ ਰੂਬੀ ਕਮਾਂਡ ਨੂੰ ਤੁਰੰਤ ਚਲਾਉਂਦਾ ਹੈ। ਤੁਸੀਂ ਰੂਬੀ ਸਟੇਟਮੈਂਟਸ ਨੂੰ ਰਨ ਕਰਕੇ ਉਸਦੀ ਆਉਟਪੁੱਟ ਅਤੇ ਹੋਰ ਵੈਲਿਊਜ਼ ਵੇਖ ਸਕਦੇ ਹੋ। ਰੂਬੀ ਦੇ ਪੁਰਾਣੇ ਵਰਜ਼ਨ ਦੇ ਲਈ IRB ਅਲੱਗ ਤੋਂ ਸੰਸਥਾਪਿਤ ਕਰੋ। ਹੁਣ ਰੂਬੀ ਕੋਡ ਨੂੰ IRB ਨਾਲ ਚਲਾਉਂਦੇ ਹਾਂ। ਟਰਮੀਨਲ ਤੇ ਜਾਓ, ਟਾਈਪ IRB ਅਤੇ ਐਂਟਰ ਦਬਾਓ। ਇੰਟਰੈਕਟਿਵ ਰੂਬੀ ਸ਼ੁਰੂ ਕਰਨ ਦੇ ਲਈ ਟਾਈਪ ਕਰੋ ਪੁਟਸ ਸਪੇਸ ਡਬਲ ਕੋਟਸ ਵਿੱਚ ਹੈਲੋ ਵਰਲਡ ਅਤੇ ਐਂਟਰ ਦਬਾਓ। ਹੈਲੋ ਵਰਲਡ ਆਉਟਪੁੱਟ ਆਉਂਦੀ ਹੈ ਅਤੇ ਰਿਟਰਨ ਵੈਲਿਊ ਨਿਲ ਆਉਂਦੀ ਹੈ। IRB ਤੋਂ ਬਾਹਰ ਆਉਣ ਦੇ ਲਈ ਟਾਈਪ ਕਰੋ ਐਗਜ਼ਿਟ ਅਤੇ ਐਂਟਰ ਦਬਾਓ। ਤੁਸੀਂ ਰੂਬੀ ਪ੍ਰੋਗਰਾਮ ਫਾਈਲ ਨਾਲ ਵੀ ਰਨ ਕਰ ਸਕਦੇ ਹੋ। ਕੋਡ ਲਿਖਣ ਦੇ ਲਈ ਆਪਣੇ ਸੰਗ੍ਰਹਿ ਦਾ ਕੋਈ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ। ਮੈਂ GEdit ਟੈਕਸਟ ਐਡੀਟਰ ਦੀ ਵਰਤੋਂ ਕਰ ਰਿਹਾ ਹਾਂ। GEdit ਟੈਕਸਟ ਐਡੀਟਰ ਤੇ ਜਾਓ। ਹੁਣ ਟਾਈਪ ਕਰੋ ਪੁਟਸ ਸਪੇਸ ਡਬਲ ਕੋਟਸ ਵਿੱਚ ਹੈਲੋ ਵਰਲਡ। ਹੁਣ ਅਸੀਂ ਸਿੱਖਾਂਗੇ ਕਿ ਮਲਟੀਪਲ ਲਾਈਨ ਜਾਂ ਬਲੌਕ ਕਮੈਂਟਸ ਨੂੰ ਕਿਵੇਂ ਜੋੜੀਏ। ਪੁਟਸ ਕਮਾਂਡ ਤੋਂ ਪਹਿਲਾਂ
टाइप करो equal to begin अते एंटर दबाओ। equal to begin कमेंट शुरू करने दे लई लाभदायक है। जो कमेंट्स तुसी जोड़ना चाहो टाइप करो। मैं टाइप करांगा my first ruby program अते एंटर दबाओ। ए कोड हेलो वर्ड प्रिंट करेगा। एंटर दबाओ। हुन इक्वल टू एंड टाइप करो। मल्टीपल लाइन कमेंट्स नू खत्म करन दे लई इक्वल टू एंड लाभदायक है। प्रोग्राम दी रफ्तार नू समझाउन दे लई कमेंट्स लाभदायक हन। ए दस्तावेजां दे लई लाभदायक है। हुन सेव बटन ते क्लिक करो अते फाइल सेव करो। फाइल नू लगातार सेव करना एक चंगी आदत है। ਤੁਹਾਡੀ ਸਕਰੀਨ ਤੇ ਸੇਵ ਐਜ਼ ਡਾਇਲੌਗ ਬਾਕਸ ਦਿਸਦਾ ਹੈ। ਫਾਈਲ ਸੇਵ ਕਰਨ ਦੀ ਜਗ੍ਹਾ ਚੁਣੋ। ਡੈਸਕਟਾਪ ਤੇ ਮੈਂ ਰੂਬੀ ਪ੍ਰੋਗਰਾਮ ਨਾਮਕ ਇੱਕ ਫੋਲਡਰ ਬਣਾਉਂਗਾ। ਅਸੀਂ ਫਾਈਲ ਨੂੰ ਇਸ ਫੋਲਡਰ ਦੇ ਅੰਦਰ ਸੇਵ ਕਰਾਂਗੇ। ਟੈਕਸਟ ਬਾਕਸ ਨੇਮ ਵਿੱਚ ਜੋ ਨਾਮ ਤੁਸੀਂ ਚਾਹੁੰਦੇ ਹੋ ਟਾਈਪ ਕਰੋ। ਮੈਂ ਟਾਈਪ ਕਰਾਂਗਾ hello.rb। ਰੂਬੀ ਫਾਈਲ ਨੂੰ .rb ਐਕਸਟੈਂਸ਼ਨ ਦਿੱਤਾ ਹੈ। ਫਿਰ ਫਾਈਲ ਸੇਵ ਕਰਨ ਦੇ ਲਈ ਸੇਵ ਬਟਨ ਦਬਾਓ। ਇਸ ਲਈ ਹੁਣ ਫਾਈਲ ਸੇਵ ਹੋ ਗਈ ਹੈ। ਕੋਡ ਚਲਾਉਣ ਦੇ ਲਈ ਟਰਮੀਨਲ ਉੱਤੇ ਜਾਓ। ਸਭ ਤੋਂ ਪਹਿਲਾਂ ਟਰਮੀਨਲ ਨੂੰ ਕਲੀਅਰ ਕਰੋ। ਨਿਸ਼ਚਿਤ ਕਰੋ ਕਿ ਤੁਸੀਂ ਉਸ ਡਾਇਰੈਕਟਰੀ ਵਿੱਚ ਹੋ ਜਿੱਥੇ ਰੂਬੀ ਫਾਈਲ ਹੈ। ਯਾਦ ਰੱਖੋ ਕਿ ਅਸੀਂ ਹੋਮ ਡਾਇਰੈਕਟਰੀ ਵਿੱਚ ਹਾਂ। ਸਾਨੂੰ ਸਬ ਡਾਇਰੈਕਟਰੀ ਰੂਬੀ ਪ੍ਰੋਗਰਾਮ ਵਿੱਚ ਜਾਣਾ ਹੈ। ਅਜਿਹਾ ਕਰਨ ਦੇ ਲਈ ਟਾਈਪ ਕਰੋ cd ਸਪੇਸ ਡੈਸਕਟਾਪ / ਰੂਬੀ ਪ੍ਰੋਗਰਾਮ ਅਤੇ ਐਂਟਰ ਦਬਾਓ। ਫਾਈਲ ਨੂੰ ਚਲਾਓ। ਟਾਈਪ ਕਰੋ ਰੂਬੀ ਸਪੇਸ ਹੈਲੋ .rb ਅਤੇ ਐਂਟਰ ਦਬਾਓ। ਸਾਨੂੰ ਹੈਲੋ ਵਰਲਡ ਆਉਟਪੁੱਟ ਮਿਲਦੀ ਹੈ। ਹੁਣ ਮੈਂ ਪੁਟਸ ਅਤੇ ਪ੍ਰਿੰਟ ਸਟੇਟਮੈਂਟ ਵਿੱਚ ਫਰਕ ਦਰਸਾਉਂਦਾ ਹਾਂ। irb ਦੀ ਵਰਤੋਂ ਕਰਕੇ ਇਸ ਨੂੰ ਸਮਝਾਂਗੇ। ਇਸ ਤੋਂ ਪਹਿਲਾਂ ਸਾਨੂੰ ਵਾਪਸ ਹੋਮ ਡਾਇਰੈਕਟਰੀ ਵਿੱਚ ਜਾਣਾ ਹੈ। ਅਜਿਹਾ ਕਰਨ ਦੇ ਲਈ ਟਾਈਪ cd ਅਤੇ ਐਂਟਰ ਦਬਾਓ। ਹੁਣ ਇੰਟਰੈਕਟਿਵ ਰੂਬੀ ਸ਼ੁਰੂ ਕਰਨ ਦੇ ਲਈ ਟਾਈਪ irb ਅਤੇ ਐਂਟਰ ਦਬਾਓ। ਟਾਈਪ ਕਰੋ ਪੁਟਸ ਸਪੇਸ ਡਬਲ ਕੋਟਸ ਵਿੱਚ ਹੈਲੋ ਕੌਮਾ ਡਬਲ ਕੋਟਸ ਵਿੱਚ ਵਰਲਡ। ਇੱਥੇ ਕੌਮੇ ਦੋ ਪੁਟਸ ਕਮਾਂਡ ਨੂੰ ਜੋੜਦੇ ਹਨ। ਹੁਣ ਐਂਟਰ ਦਬਾਓ। ਸਾਨੂੰ ਹੈਲੋ ਵਰਲਡ ਮਿਲਦੀ ਹੈ ਪਰ ਵੱਖਰੀ ਲਾਈਨਸ ਵਿੱਚ। ਹੁਣ ਪ੍ਰਿੰਟ ਦੇ ਨਾਲ ਇਸ ਦਾ ਅਭਿਆਸ ਕਰੋ। ਪਿਛਲੀ ਕਮਾਂਡ ਤੇ ਜਾਣ ਦੇ ਲਈ ਅਪ ਐਰੋ ਕੀ ਦਬਾਓ। ਪੁਟਸ ਨੂੰ ਪ੍ਰਿੰਟ ਵਿੱਚ ਬਦਲੋ ਅਤੇ ਐਂਟਰ ਦਬਾਓ। ਸਾਨੂੰ ਆਉਟਪੁੱਟ ਹੈਲੋ ਵਰਲਡ ਮਿਲਦੀ ਹੈ ਪਰ ਉਸੇ ਲਾਈਨ ਵਿੱਚ। ਕੀਵਰਡ ਪੁਟਸ ਆਉਟਪੁੱਟ ਦੇ ਅਖੀਰ ਵਿੱਚ ਇੱਕ ਨਵੀਂ ਲਾਈਨ ਜੋੜਦਾ ਹੈ। ਕੀਵਰਡ ਪ੍ਰਿੰਟ ਅਜਿਹਾ ਨਹੀਂ ਕਰਦਾ। ਕੀਵਰਡ ਪ੍ਰਿੰਟ ਉਹੀ ਆਉਟਪੁੱਟ ਦਿੰਦਾ ਹੈ ਜੋ ਅਸੀਂ ਦਿੱਤਾ ਹੈ। ਇਸ ਦੇ ਨਾਲ ਅਸੀਂ ਸਪੋਕਨ ਟਿਊਟੋਰੀਅਲ ਦੇ ਅਖੀਰ ਵਿੱਚ ਆ ਗਏ ਹਾਂ। ਆਪਣੀ ਸਲਾਈਡਸ ਤੇ ਵਾਪਸ ਜਾਓ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ ਰੂਬੀ ਦੇ ਬਾਰੇ ਵਿੱਚ, ਸੰਸਥਾਪਨ ਰੂਬੀ ਕੋਡ ਨੂੰ ਚਲਾਉਣਾ, ਇੱਕ ਤੋਂ ਜ਼ਿਆਦਾ ਕਮੈਂਟ ਜੋੜਨਾ, ਬਿਗਿਨ ਅਤੇ ਐਂਡ, ਪੁਟਸ ਅਤੇ ਪ੍ਰਿੰਟ ਵਿੱਚ ਫਰਕ। ਨਿਰਧਾਰਿਤ ਕੰਮ ਦੇ ਰੂਪ ਵਿੱਚ ਆਪਣਾ ਨਾਮ ਅਤੇ ਉਮਰ ਪ੍ਰਿੰਟ ਕਰਨ ਲਈ ਪ੍ਰੋਗਰਾਮ ਲਿਖੋ। ਅਸੀਂ ਇਸ ਟਿਊਟੋਰੀਅਲ ਵਿੱਚ ਵੱਖ-ਵੱਖ ਲਾਈਨ ਕਮੈਂਟਸ ਦੀ ਵਰਤੋਂ ਕੀਤੀ। ਸਿੰਗਲ ਲਾਈਨ ਕਮੈਂਟ ਦੇ ਕੇ ਵੇਖੋ। ਹੇਠ ਲਿਖੇ ਲਿੰਕ ਤੇ ਉਪਲਬਧ ਵੀਡੀਓ ਨੂੰ ਵੇਖੋ। ਇਹ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਚੰਗੀ ਬੈਂਡਵਿਡਥ ਨਾ ਮਿਲਣ ਤੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contact@spoken-tutorial.org ਤੇ ਲਿਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ICT ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਪ੍ਰਮਾਣਿਤ ਹੈ। ਇਸ ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਹੈ। IIT ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।